ਡੁਗਰੀ ਤਾਂਦਰਾ ਰੋਡ ਤੇ ਸਥਿਤ ਮਾਣਕਵਾਲ ਪਿੰਡ ਪੈਂਦੇ ਪ੍ਰੀਤ ਵਿਹਾਰ ਦੇ ਵਾਸੀਆਂ ਵੱਲੋਂ ਸੋਹਣਾ ਪੰਜਾਬ ਗਾਣੇ ਦੇ ਗਾਇਕ ਅਤੇ ਕਲਾਕਾਰ ਨੂੰ ਇਲਾਕੇ 'ਚ ਸੱਦਿਆ ਗਿਆ ਅਤੇ ਉਹਨਾਂ ਦਾ ਸਨਮਾਨ ਕੀਤਾ ਗਿਆ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਇਲਾਕੇ ਦੀਆਂ ਸੜਕਾਂ ਅਤੇ ਸੀਵਰੇਜ ਦੀ ਬੜੀ ਮਾੜੀ ਹਾਲਤ ਹੈ ਅਤੇ ਜਦ ਉਹਨਾਂ ਗਾਣਾ ਸੋਹਣਾ ਪੰਜਾਬ ਵਿੱਚ ਟੁੱਟੀਆਂ ਸੜਕਾਂ ਦਾ ਵਿਵਰਣ ਸੁਣਿਆ ਤਾਂ ਉਹਨਾਂ ਨੂੰ ਲੱਗਿਆ ਕਿ ਇਸ ਗਾਣੇ ਰਾਹੀਂ ਉਹਨਾਂ ਦੀ ਆਵਾਜ਼ ਨੂੰ ਚੁੱਕਿਆ ਗਿਆ ਹੈ ਅਤੇ ਸਰਕਾਰ ਤੱਕ ਪਹੁੰਚਾਉਣ ਦਾ ਯਤਨ ਕੀਤਾ ਗਿਆ ਹੈ। ਇਸ ਲਈ ਇਲਾਕਾ ਨਿਵਾਸੀ ਇਸ ਗਾਣੇ ਦੇ ਕਲਾਕਾਰਾਂ ਨੂੰ ਬੁਲਾ ਕੇ ਸਨਮਾਨਿਤ ਕਰਨਾ ਚਾਹੁੰਦੇ ਸੀ ਅਤੇ ਧੰਨਵਾਦ ਦੇਣਾ ਚਾਹੁੰਦੇ ਸਨ। ਮੇਰਾ ਨਾਮ ਕੈਲਾਸ਼ ਕੁਮਾਰ ਹੈ ਜੀ। ਮੈਂ ਪਿੰਡ ਮਾਣਕਵਾਲ ਦਾ ਰਹਿਣ ਵਾਲਾ ਹਾਂ ਜੀ। ਦੇਖੋ ਜੀ, ਸੜਕਾਂ ਦਾ ਇਹ ਬੁਰਾ ਹਾਲ ਹੈ ਜੀ। ਹਫ਼ਤੇ 2 ਵਾਰੀ ਮੇਰਾ ਐਕਸੀਡੈਂਟ ਹੋ ਗਿਆ, ਪੈਰਾਂ ਦਾ ਮਾਸ ਫਟ ਗਿਆ, 73 ਮਾਸ ਫਟ ਗਿਆ ਜੀ। ਅਤੇ ਸੋਹਣਾ ਪੰਜਾਬ ਗੀਤ ਜਿਹੜਾ ਮਨਮੋਹਨ ਭਾਰਤ ਜੀ ਨੇ ਗਾਇਆ, ਮੈਂ ਬਹੁਤ ਪਸੰਦ ਕੀਤਾ ਇਹਨਾਂ ਨੇ। ਇਹ ਸੋਹਣਾ ਪੰਜਾਬ ਗੀਤ ਸਾਡੀ ਪੰਜਾਬ ਦੀ ਸੜਕਾਂ ਬਾਰੇ ਜੋ ਬੁਰਾ ਹਾਲ ਹੈਗਾ, ਬਹੁਤ ਵਧੀਆ ਲੱਗਿਆ ਮੈਨੂੰ ਅਤੇ ਅਸੀਂ ਇਹਨਾਂ ਨੂੰ ਸਨਮਾਨਿਤ ਕਰਨਾ ਚਾਹੁੰਦੇ ਹਾਂ। ਮੇਰੀ ਇਹੀ ਪੰਜਾਬ ਸਰਕਾਰ ਅੱਗੇ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਸਾਡੀ ਸੜਕਾਂ ਦਾ ਕੰਮ ਪੂਰਾ ਕੀਤਾ ਜਾਵੇ ਤਾਂ ਕਿ ਬੱਚੇ ਬੁੱਢੇ ਰੋਜ਼ ਗਿਰਦੇ ਆ ਕਿ ਉਹਨਾਂ ਸੱਟਾ ਫੱਟਾ ਨਾ ਲੱਗਣ ਜੀ, ਅਤੇ ਪੰਜਾਬ ਨੂੰ ਇੱਕ ਖੁਸ਼ਹਾਲ ਦੇਸ਼ ਦਾ ਦਰਜਾ ਦਿੱਤਾ ਜਾਵੇ। ਜਿਹੜੇ ਸਾਡੇ ਕੌਂਸਲਰ ਨਹੀਂ ਹੈਗੇ, ਸਰਪੰਚ ਸਾਡੇ ਪਹਿਲਾਂ ਸੀਗਾ ਭਗਵੰਤ ਸਿੰਘ, ਉਸ ਤੋਂ ਬਾਅਦ ਹੁਣ ਇਲੈਕਸ਼ਨ ਦੇ ਵਿੱਚ 3 ਮਹੀਨੇ ਤੋਂ 4 ਮਹੀਨੇ ਤੋਂ KP ਰਾਣਾ, ਠੀਕ ਹੈ ਜੀ। ਅਤੇ ਜਦ ਵੀ ਉਹ ਸਾਡੇ ਆਉਂਦੇ ਹਾਂ ਅਸੀਂ ਆਪਣਾ ਮੁਸ਼ਕਿਲ ਦੱਸਦੇ ਹਾਂ, ਲੇਕਿਨ ਉਹ ਕਹਿੰਦੇ ਹਾਂਜੀ ਹੋ ਜਾਏਗਾ, ਹਾਂਜੀ ਹੋ ਜਾਏਗਾ, ਲੇਕਿਨ ਹੋਏਗਾ ਕਦੋਂ ਸਾਨੂੰ ਅੱਜ ਤੱਕ ਨਹੀਂ ਪਤਾ ਲੱਗਿਆ। ਬਿਜਲੀ ਦੀ ਪੋਜੀਸ਼ਨ ਜਿਹੜੀ ਉਹ ਤੁਸੀਂ ਮੌਕੇ 'ਤੇ ਦੇਖ ਲਓ, ਮੌਕੇ 'ਤੇ ਉਹ ਵੀ ਦੇਖ ਸਕਦੇ ਨੇ ਆ ਕੇ ਸੜਕ, ਬਾਕੀ ਸੜਕ ਜਿਹੜਾ ਆ ਉਹ ਤੁਹਾਡੇ ਸਾਹਮਣੇ। ਹੁਣ ਮੈਂ ਡਿੱਗ ਪਿਆ ਸੀ, ਕੁੜੀਆਂ ਕਹਿੰਦੇ ਅੰਕਲ ਦੇਖੀ, ਅੰਕਲ ਦੇਖੀ ਕਿਤੇ ਸੜਕ ਨਾ ਖਾਈ। ਅਤੇ KP ਰਾਣਾ ਦਾ ਇਸ ਵਾਰ ਕੀ ਕਹਿਣਾ ਵੀ ਸੜਕਾਂ ਨੂੰ ਲੈ ਕੇ ਜਾਂ ਮੀਟਰ ਜਿਵੇਂ KP ਰਾਣਾ ਕਹਿੰਦਾ ਜੀ ਮੈਂ ਕਰਵਾ ਦਿਆਂਗਾ ਜੀ, ਗ੍ਰਾਂਟ ਆਏਗਾ ਕਰਵਾ ਦਿਆਂਗਾ, ਗ੍ਰਾਂਟ ਆਏਗਾ ਕਰਵਾ ਦਿਆਂਗਾ। ਹੁਣ ਸਾਨੂੰ ਕੋਈ ਪਤਾ ਲੱਗਦਾ ਕਦੋਂ ਹੋਏਗਾ ਔਰ ਕਦੋਂ ਗ੍ਰਾਂਟ ਆਏਗਾ, ਸਾਨੂੰ ਕੋਈ ਪਤਾ ਨਹੀਂ ਲੱਗਦਾ। ਮਾਨਕਵਾਲ ਪ੍ਰੀਤ ਵਿਹਾਰ 'ਚ ਰਹਿੰਦੀ ਹੈ, ਅਸੀਂ ਸਾਰੇ ਇੱਥੇ ਦੇ ਨਿਵਾਸੀ ਹੈ। ਇੱਥੇ ਸਾਡੀ ਸੜਕਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ। 5 ਸਾਲ ਹੋ ਗਏ ਸਾਡੇ ਇੱਥੇ ਨਾ ਕੋਈ ਸੀਵਰੇਜ ਪੈ ਰਹੇ ਹੈ, ਨਾ ਕੋਈ ਸਾਡੀਆਂ ਸੜਕਾਂ ਬਣੀਆਂ, ਸਾਡੇ ਸੀਵਰੇਜ ਸਾਡੇ ਆਪਣੇ ਮੀਟਰ ਦਾ ਵੀ ਬਹੁਤ ਬੁਰਾ ਹਾਲ ਹੋਇਆ ਪਿਆ। ਸਾਡੀ ਤਾਰਾਂ ਸਾਰੀਆਂ ਇਸ ਤਰ੍ਹਾਂ ਹੀ ਲਟਕੀਆਂ ਹੋਈਆਂ, ਸਾਰੀਆਂ ਬਾਹਰ ਪਈਆਂ, ਸਾਡੇ ਬੱਚਿਆਂ ਦੀ ਵਾਰਦਾਤਾਂ ਹੁੰਦੀਆਂ ਪਈਆਂ। ਇੱਧਰ ਸਟਰੀਟ ਲਾਈਟ ਦਾ ਕੋਈ ਇੰਤਜ਼ਾਮ ਨਹੀਂ ਹੈਗਾ, ਜਦੋਂ ਅਸੀਂ ਆਪਣੀ ਗਲੀਆਂ ਵਿੱਚੋਂ ਨਿਕਲਦੇ ਹਾਂ 7 ਵਜੇ ਤੋਂ ਬਾਅਦ ਲੇਡੀਜ਼ ਬਾਹਰ ਨਹੀਂ ਨਿਕਲ ਸਕਦੀਆਂ ਹੈਗੀਆਂ, ਸਾਨੂੰ ਵਾਰਦਾਤਾਂ ਹੁੰਦੀਆਂ, ਸਾਡਾ ਫੋਨ ਖੋਏ ਜਾਂਦੇ ਆ ਹਨੇਰੇ ਦੇ ਵਿੱਚ, ਸਾਡੀ ਲੇਡੀਜ਼ ਨੂੰ ਵੀ ਪ੍ਰੋਬਲਮਸ ਹੈਗੀਆਂ ਬਹੁਤ ਸਾਰੀਆਂ। ਅਸੀਂ ਸਾਰੇ ਕੌਂਸਲਰ ਨੂੰ, ਸਰਪੰਚ ਨੂੰ, ਉਹਨਾਂ ਨੂੰ ਕਾਰਵਾਈ ਕੀਤੀ ਹੈ, ਉਹਨਾਂ ਨੂੰ ਕਿਹਾ ਹੈਗਾ, ਲੇਕਿਨ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਹੈ। ਸਾਨੂੰ ਇਹੀ ਕਿਹਾ ਗਿਆ ਤੁਸੀਂ ਪੈਸੇ ਪਾ ਕੇ ਆਪਣੇ ਆਪ ਹੀ ਸੀਵਰੇਜ ਪਾ ਲਓ। ਇਸ ਮੌਕੇ ਗਾਇਕ ਮਨਮੋਹਨ ਭਾਰਤੀ ਅਤੇ ਪਵਨਦੀਪ ਸਿੰਘ ਨੇ ਵੀ ਸਾਰਿਆਂ ਦਾ ਧੰਨਵਾਦ ਕੀਤਾ। ਸਭ ਤੋਂ ਪਹਿਲਾਂ ਤਾਂ ਦਰਸ਼ਕਾਂ ਦਾ ਮੈਂ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ। ਮੈਂ ਸੋਚਿਆ ਨਹੀਂ ਸੀਗਾ ਇਸ ਤਰ੍ਹਾਂ ਵੀ ਮੇਰੇ ਨਾਲ ਹੋਏਗਾ, ਲੇਕਿਨ ਪਬਲਿਕ ਨੇ ਅੱਜ ਮੈਨੂੰ ਇੱਥੇ ਬੁਲਾ ਕੇ, ਦਰਸ਼ਕਾਂ ਨੇ ਇੱਥੇ ਬੁਲਾ ਕੇ ਸਨਮਾਨਿਤ ਕੀਤਾ, ਆਪਣੇ ਗੀਤ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ ਅਤੇ ਮੈਂ ਬੜਾ ਖੁਸ਼ਨਸੀਬ ਹਾਂ ਅਤੇ ਗੀਤ ਆਪਣੇ ਚਰਚਾ ਦੇ ਵਿੱਚ ਹੋ ਰਿਹਾ, ਦਿਨ ਬਰ ਦਿਨ ਚਰਚਾ 'ਚ ਜਾ ਰਿਹਾ ਗੀਤ, ਕਿਉਂਕਿ ਬਾਕੀ ਇਹ ਗੀਤ ਪੰਜਾਬ ਦੀ ਆਵਾਜ਼ ਹੈ। ਟੁੱਟੀਆਂ ਫੁੱਟੀਆਂ ਸੜਕਾਂ ਨੇ ਮੇਰੇ ਸੋਹਣੇ ਪੰਜਾਬ ਦੀਆਂ, ਸੋਹਣਾ ਪੰਜਾਬ ਗੀਤ ਦਾ ਨਾਮ ਹੈ। ਇੰਨਾ ਵੱਡਾ ਹੁੰਗਾਰਾ ਇਸ ਗੀਤ ਰਾਹੀਂ ਮੈਨੂੰ ਮਿਲ ਰਿਹਾ ਹੈ, ਮੈਂ ਬਹੁਤ ਇਸ ਚੀਜ਼ ਤੋਂ ਬਹੁਤ ਖੁਸ਼ ਵੀ ਹਾਂ ਔਰ ਮੈਂ ਚਾਹੁੰਦਾ ਕਿ ਵਾਕਈ ਕੁਛ ਨਾ ਕੁਛ ਪੰਜਾਬ ਨੂੰ ਇੱਦਾਂ ਦੀਆਂ ਚੀਜ਼ਾਂ ਮਿਲਦੀਆਂ ਰਹਿਣ। ਹੋਰ ਨਹੀਂ ਤਾਂ ਗੀਤ ਬਹੁਤ ਹੋਰ ਤਰ੍ਹਾਂ ਵੀ ਬਹੁਤ ਗੀਤ ਆਉਂਦੇ ਨੇ, ਕੋਈ ਕਈ ਜਗ੍ਹਾ ਮੈਨੂੰ ਉਹ ਗੀਤ ਖਾਸ ਕਰ ਮੈਂ ਵੀ ਪਸੰਦ ਨਹੀਂ ਕਰਦਾ, ਗੀਤ ਗੰਡਾਸੇ ਵਾਲੇ ਗੀਤ ਹੋ ਗਏ ਜਾਂ ਗੋਲੀਆਂ ਰਫਲਾਂ ਵਾਲੇ ਗੀਤ ਹੋ ਗਏ, ਮੈਂ ਉਸ ਗੀਤਾਂ ਤੋਂ ਥੋੜ੍ਹਾ ਜਿਹਾ ਪਰੇ ਰਹਿੰਦਾ ਅਤੇ
ਕੁਛ ਅਲੱਗ ਜਿਹੀ ਚੀਜ਼ ਲੋਕਾਂ ਨੂੰ ਅਲੱਗ ਗੀਤ ਚਾਹੀਦਾ ਹੁੰਦਾ ਜਿਹੜਾ ਉਸ ਚੀਜ਼ ਮੈਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਮੈਨੂੰ ਉਮੀਦ ਹੈ ਇਸ ਤੋਂ ਬਾਅਦ ਹੋਰ ਵੀ ਸਾਡੇ ਗੀਤ ਆ ਰਹੇ ਨੇ ਅਤੇ ਕੁਛ ਬਾਹਰੋਂ ਵੀ ਕੁਛ ਕਾਲਜ ਆ ਰਹੇ ਨੇ ਉਹਨਾਂ ਨੇ ਸਾਨੂੰ ਪ੍ਰਮੋਟਰ ਵੀ ਕਹਿ ਰਹੇ ਨੇ ਕਿ ਤੁਹਾਨੂੰ ਅਸੀਂ ਪ੍ਰਮੋਟ ਕਰਨਾ ਚਾਹੁੰਦੇ ਹਾਂ ਹੋਰ ਗੀਤ ਤੁਹਾਡੇ ਲਾਂਚ ਕਰਨਾ ਚਾਹੁੰਦੇ ਨੇ ਸਾਡੇ ਲਈ ਵੀ ਗੀਤ ਤੁਸੀਂ ਗਾਓ ਬੜੀ ਖੁਸ਼ੀ ਦੀ ਗੱਲ ਹੈ ਔਰ ਮੈਂ ਇਹ ਚੀਜ਼ ਇਹ ਕੰਮ ਜਿਹੜਾ ਉਪਰਾਲਾ ਜਾਰੀ ਰੱਖਾਂਗਾ ਹਮੇਸ਼ਾ ਕਰਦਾ ਰਹਾਂਗਾ ਔਰ ਜਾਗਰੂਕਤਾ ਲਈ ਪਬਲਿਕ ਦੀ ਜਾਗਰੂਕਤਾ ਲਈ ਇੱਦਾਂ ਦੇ ਕੁਝ ਨਾ ਕੁਝ ਹੋਰ ਵੀ ਗੀਤ ਸਾਹਮਣੇ ਲੈ ਕੇ ਆਵਾਂ। ਬਿਊਰੋ ਰਿਪੋਰਟ, ਲੁਧਿਆਣਾ ਵਿਊ।